चल भाई लिस्ट तो तैयार कर ली है, बुलाना अनिका नूं। अनिका हां जी आवाज लगाई सी तुसी? आहो मैनूं तेरे नाल काम है, इत्थे आके बैठ। काम? हां जी कोई ना बैठ जाने हैं। तुसी की हिसाब किताब करदे पए हो? बड़ा कापी पेन लेके बैठे हो। ओ हिसाब किताब कोई नहीं करता पिया मैं, मैंने एक लिस्ट तैयार कीती है। लिस्ट? काली लिस्ट? दिवाली दी। अच्छा समान लेने जाना ना आपा, फिर दसो मैं रेडी हो जाऊंगी, कदों जाना आपा मार्केट? ओ मार्केट मुड़केट किते नहीं जाना, मैं यह लिस्ट ता तैयार कीती है अपने माँ प्यो नूं ना, यह लिस्ट सेंड कर दी। त्योहार आंदा पिया दिवाली दा, सारा समान यह चाहिदा है मैनू। ओ इन्ना हैरान होने की लोड़ नहीं हैगी, तेरी कली दी दिवाली नहीं हैगी, सारी दुनिया दी दिवाली है। उन्होंने आना ही है दिवाली दिन मैनू, हुण मैं आ समान दी उन्होंने फोटो भेजदी चंगी थोड़ी लगदी है कि तुसी आ चीजा ले आई हो, उन्होंने केड़ा माड़ा देना, वधिया देणगे, ले आणगे अपने हिसाब नाल, मैनू तो शर्म आंदी है। ओ शर्म कदे आंदी है तेनू, अपने माँ प्यो नू ही कहना, किसे होर नू तां नहीं कहना। चाहे अपने माँ प्यो नू कहना, ब्याह तो पहला ते ब्याह ते बाद विच ना बहुत फर्क हुंदा वा, तुसी भी कमाने हो तुसी भी आओ, मैं तां उन्हां नू कहना ही नहीं हैगा, ते ना ही मेरी हिम्मत पैंदी आ, ओह की सोचणगे कि आप नहीं ले आ सकदे। ओ मेरे नाल ना बकवास करन दी लोड़ नहीं हैगी, चुप करके लिस्ट सेंड कर दी। मैं तां इह फोटो सेंड करनी नहीं कि मैनू समान दे जो ना, मैं फोन करना, ते तुसी भी अपने दिमाग विच कढ दो कि इह समान आऊगा, अपने आप कोई अपने दिल ना दवे ना ओह गल लग, जे आप मांग के चीज लैने आ ना ओह नहीं चंगी लगदी हैगी। ओ मैनू ना ज्यादा ज्ञान ना दे। ज्ञान वाली केड़ी गल आ, तुसी अपने पापा तो ही सीख लो कुछ, इन्ने साल हो गए उन्हां दे ब्याह नूं, उन्हां ने आज तक कुछ मंगिया कि मैनू इह चीज चाहीदी आ, तुसी पता नहीं किते चले गए। ਉਹ ਤੂੰ ਇਹਦੇ ਵਿੱਚ ਮੇਰੇ ਮਾਂ ਪਿਓ ਨੂੰ ਕਿਉਂ ਘੜੀਸਦੀ ਪਈ ਹੈ, ਉਹਨਾਂ ਦੀ ਆਪਣੀ ਸੋਚ ਹੈ ਤੇ ਮੇਰੀ ਆਪਣੀ ਸੋਚ ਹੈ। ਮੈਂ ਹੈਰਾਨ ਹਾਂ ਤੁਹਾਡੇ ਤੋਂ, ਤੁਹਾਡੇ ਪਾਪਾ ਦੀ ਤੇ ਤੁਹਾਡੀ ਸੋਚ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ, ਉਹਨਾਂ ਨੇ ਕਦੀ ਆਪਣੇ ਸਹੁਰਿਆਂ ਤੋਂ ਮੰਗਿਆ ਕੁਛ? ਤੇ ਤੁਸੀਂ ਇੱਥੇ ਲਿਸਟਾਂ ਬਣਾਈ ਬੈਠੇ ਹੋ ਕਿ ਮੈਂ ਦੀਵਾਲੀ ਤੇ ਇਹ ਵਾਲੀ ਆਈਟਮਾਂ ਲੈਣੀਆਂ। ਉਹ ਜੇ ਤੂੰ ਲਿਸਟ ਨਹੀਂ ਸੈਂਡ ਕਰਨੀ ਨਾ ਕੋਈ ਗੱਲ ਨਹੀਂ, ਨਾ ਕਰ, ਤੇਰਾ ਫੋਨ ਤਾਂ ਮੇਰੇ ਕੋਲ ਹੀ ਪਿਆ ਹੈ, ਮੈਂ ਆਪ ਕਰ ਦਿੰਦਾ। ਤੁਸੀਂ ਇਹ ਫੋਟੋ ਨਹੀਂ ਸੈਂਡ ਕਰਨੀ? ਸਮਝਦੇ ਕਿਉਂ ਨਹੀਂ ਹੈਗੇ, ਮੈਂ ਤੁਹਾਨੂੰ ਕਿਹਾ ਨਾ ਕਿ ਫੋਟੋ ਨਹੀਂ ਸੈਂਡ ਕਰਨੀ ਹੈਗੀ, ਐਦਾਂ ਮੰਨ ਕੇ ਥੋੜੀ ਗਿਫਟ ਲਈਦੇ ਆ, ਮੰਨਿਆ ਕਿ ਪਹਿਲਾ ਤਿਉਹਾਰ ਆ ਮੇਰਾ, ਮੇਰੀ ਪਹਿਲੀ ਦੀਵਾਲੀ ਆ, ਤੇ ਤੁਸੀਂ ਆਪ ਵੀ ਸਮਝੋ ਮੈਨੂੰ ਵਧੀਆ ਹੀ ਦੇਣਗੇ, ਤੁਸੀਂ ਟੈਨਸ਼ਨ ਨਾ ਲਓ। ਤੂੰ ਮੇਰੇ ਹੱਥ 'ਚ ਫੋਨ ਖੋਇਆ ਕਿੱਦਾਂ? ਉਹ ਤੁਸੀਂ ਥੋੜਾ ਠੰਡਾ ਦਿਮਾਗ ਰੱਖੋ, ਐਦਾਂ ਥੋੜੀ ਫੋਟੋ ਭੇਜ ਭੇਜ ਕੇ ਸਮਾਨ ਮੰਗਵਾਏ ਜਾਂਦੇ ਆ, ਕਿਸੇ ਹੋਰ ਵਾਲੀ ਨਿਗਾਹ ਮਾਰ ਲਓ, ਕੌਣ ਭੇਜਦਾ ਐਦਾਂ? ਜੇ ਕੋਈ ਨਹੀਂ ਭੇਜਦਾ ਨਾ ਤਾਂ ਮੈਂ ਭੇਜੂਗਾ। ਹਾਂਜੀ ਹਾਂਜੀ ਭੇਜ ਦੋ, ਕੋਈ ਗੱਲ ਨਹੀਂ, ਮੈਨੂੰ ਲੱਗਦਾ ਤੁਸੀਂ ਇੱਕ ਗੱਲ ਭੁੱਲ ਗਏ। ਕਿਹੜੀ ਗੱਲ? ਉਹੀ ਗੱਲ ਜਿਹੜੀ ਤੁਸੀਂ ਭੁੱਲ ਗਏ, ਕਰੋ ਯਾਦ, ਕੀ ਪਤਾ ਆ ਜਾਵੇ ਯਾਦ ਤੁਹਾਨੂੰ। ਉਹ ਮੈਨੂੰ ਜਾਰੇ ਬੁਝਾਰਤਾ ਨਾ ਪਾ, ਮੇਰਾ ਦਿਮਾਗ ਪਹਿਲਾਂ ਹੀ ਬਹੁਤ ਗਰਮ ਹੋਇਆ ਹੋਇਆ, ਸਿੱਧਾ ਸਿੱਧਾ ਦੱਸ ਕੀ ਗੱਲ ਹੈ। ਤੁਸੀਂ ਭੇਜ ਦੋ ਲਿਸਟ, ਚਾਹੇ ਦੋ ਆਈਟਮਾਂ ਵੱਧ ਲਿਖ ਕੇ ਭੇਜ ਦੋ, ਮੈਨੂੰ ਕੋਈ ਟੈਨਸ਼ਨ ਨਹੀਂ, ਮੈਂ ਵੀ ਲਿਸਟ ਮੰਗਵਾਉਂਗੀ ਆਪਣੇ ਘਰਦਿਆਂ ਕੋਲੋਂ। ਫਿਰ ਯਾਦ ਰੱਖਿਓ ਕਿ ਜੇ ਮੇਰੇ ਮਾਂ ਪਿਓ ਸਮਾਨ ਦੇਣਗੇ ਨਾ, ਦੇਣਾ ਤੁਹਾਨੂੰ ਵੀ ਪੈਣਾ ਸਮਾਨ। ਕਿਉਂ? ਕਿਹੜਾ ਸਮਾਨ? ਬੜੀ ਜਲਦੀ ਜ਼ੁਬਾਨ ਤੋਂ ਥਲਾਣ ਲੱਗ ਗਈ, ਜੇ ਮੈਂ ਇੱਥੇ ਬੈਠੀ ਆ ਨਾ, ਤੁਹਾਡੀ ਭੈਣ ਮੇਰੇ ਘਰੇ ਵੀ ਆਈ ਆ, ਮੇਰੇ ਭਰਾ ਨੂੰ, ਜੇ ਤੁਸੀਂ ਮੈਨੂੰ ਲਿਸਟ ਬਣਾ ਕੇ ਭੇਜੋਗੇ ਨਾ, ਮੈਂ ਵੀ ਆਪਣੇ ਮਾਂ ਪਿਓ ਨੂੰ ਕਹੂੰਗੀ ਕਿ ਤੁਸੀਂ ਵੀ ਇੱਧਰ ਲਿਸਟ ਬਣਾ ਕੇ ਭੇਜੋ, ਫਿਰ ਪਤਾ ਲੱਗੂਗਾ। ਜਦੋਂ ਲਿਸਟਾਂ ਬਣਾ ਬਣਾ ਕੇ ਜਵਾਈ ਭੇਜਦੇ ਆ ਨਾ ਆਪਣੇ ਸਹੁਰੇ ਪਰਚੀਆਂ, ਤੇ ਮਾਂ ਪਿਓ ਨੂੰ ਕਿੱਦਾਂ ਭਾਰ ਪੈਂਦਾ ਵਾ। ਕੀ ਗੱਲ, ਹੁਣ ਨਹੀਂ ਬੋਲੇ ਤੁਸੀਂ, ਹੁਣ ਕੋਈ ਬਹਿਸ ਨਹੀਂ ਕੀਤੀ, ਹੱਸਦਾ ਮੈਂ ਇਹੀ ਕਿਹਾ ਵਾ ਕਿ ਉਹ ਲਿਸਟ ਬਣਾ ਕੇ ਭੇਜਣਗੇ, ਤੁਹਾਨੂੰ ਹੁਣ ਹੀ ਟੈਨਸ਼ਨ ਪੈ ਗਈ, ਜੇ ਲਿਸਟ ਇੱਥੇ ਆ ਗਈ ਫਿਰ ਤੁਹਾਡਾ ਕੀ ਬਣੂਗਾ? ਤੁਸੀਂ ਟੈਨਸ਼ਨ ਨਾ ਲਓ, ਜਿੱਦਾਂ ਦੇ ਤੁਸੀਂ ਹੋ ਨਾ, ਮੇਰਾ ਭਰਾ ਇੱਦਾਂ ਦਾ ਲਾਲਚੀ ਬਿਲਕੁਲ ਨਹੀਂ ਹੈਗਾ, ਜੇ ਤੁਸੀਂ ਉਹਨਾਂ ਨੂੰ ਲਿਸਟ ਭੇਜ ਵੀ ਦਿੱਤੀ ਨਾ, ਮੇਰੇ ਭਰਾ ਨੇ ਤੁਹਾਨੂੰ ਤਾਂ ਵੀ ਨਹੀਂ ਲਿਸਟ ਭੇਜਣੀ। ਆਪਣੀ ਵਾਰੀ ਕਿੰਨਾ ਦੁੱਖ ਲੱਗਦਾ ਨਾ, ਹਜੇ ਮੈਂ ਤੁਹਾਨੂੰ ਦੋ ਲਫ਼ਜ਼ ਹੀ ਬੋਲੇ ਆ ਤੇ ਤੁਹਾਨੂੰ ਇੰਨਾ ਫੀਲ ਹੋ ਗਿਆ, ਜੇ ਦੇਣਾ ਪੈ ਜਾਵੇ ਫਿਰ ਕੀ ਬਣੇ? ਪਤਾ ਨਹੀਂ ਕਿੰਨੀਆਂ ਧੀਆਂ
इस तरह वसदियां पईयां कि जे तुसीं मैनूं तंग करोगे तो उधर ताडी भी भैन बैठी है। तुहानूं देख के लगदा ही पिया कि तुहानूं समझ आ ही गई होनी है। सो हां जी, तुहानूं भी समझ आई कि नहीं, कई कुड़ियां दे घर इस तरह ही टुटना बचे आ। जे तुहानूं ये साड़ी छोटी जी वीडियो वधिया लगी होवे इहनूं लाइक कमेंट शेयर जरूर करियो ते सारयां नूं साडे वल्लों हैप्पी दिवाली इन एडवांस।